ठीक है, कनेडा दे प्रधानमंत्री ना लड़ाई है, असी हिंदुस्तानी है, असी हिंदुस्तान दे नाल है, लेकिन तुसी बाहरले कनेडा च वसदे पंजाबियों दे वीजे कैंसल करते, तुसी क्या कि जेड़ा पंजाबी आएगा उहदा वीजा कैंसल है? वो पंजाब के लोगों ने इत्थे व्याह ते आउणा, भोज ते आउणा, त्योहार ते देणा, किसी ने जमीन खरीदण आउणा, किसी ने वेचण आउणा, उन्हां दा की कसूर है? ये भाजपा जिहड़ी है पंजाब दी दुश्मन है, मोदी ने आपके मन दे विच धार लिया। जदों 700 किसान बार्डर ते मरिया ते नरेंद्र मोदी जी नूं आपका फैसला वापस लेना पिया, उस तो बाद पहली बार नरेंद्र मोदी जी ने आपका फैसला किया वापस लिया। सदके जाइए पंजाब के किसानों से, तुसी नक मोड़िया पंजाब के लोगों ने प्रधानमंत्री का, 700 किसान शहीद होके आया ते फैसला वापस करा के आया। उस तो बाद नरेंद्र मोदी जी ने धारिया व्या है कि पंजाब के लोगों को कुछ नहीं दिता देना, ਸਰਜਾਨਾ ਪੰਜਾਬੀਆਂ ਦੇ ਨਾਲ ਵਿਤਕਰਾ ਹੋ ਰਿਹਾ। ਮੇਰੇ ਸਰਕਾਰੀ ਉਪਰਾਓ, ਮੇਰੀ ਆਪ ਨੂੰ ਬੇਨਤੀ ਹੈ, ਆ ਗਵਰਨਰ ਸਾਹਿਬ ਨੇ ਚਿੱਠੀ ਲਿਖਤੀ ਹੈ, ਇਹ ਗਵਰਨਰ ਵੀ ਦੋਹਰੇ ਮਾਪਦੰਡ ਅਪਣਾਉਂਦਾ, ਕਹਿੰਦਾ 50,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ, 2,80,000 ਕਰੋੜ ਪਹਿਲਾਂ ਸੀ, ਇਹ 15-20 ਸਾਲ ਹੈ, ਤੇ 50 ਕਰੋੜ ਰੁਪਇਆ ਜਿਵੇਂ ਲਿਆ 2.5 ਲੱਖ ਕਰਜ਼ਾ ਇਹ ਹੋਰ 5 ਸਾਲਾਂ 'ਚ ਚੜਾ ਦੇਗਾ ਭਗਵੰਤ ਮਾਨ ਸਾਹਿਬ। ਇਹਨਾਂ 2.5 ਲੱਖ ਕਰੋੜ ਕਰਜ਼ਾ ਹੋਰ ਪੰਜਾਬ 'ਚ ਚੜਾ ਦੇਗਾ, ਫਿਰ ਪੰਜਾਬ ਦਾ ਬਜਟ ਦਾ ਸਾਰਾ ਪੈਸਾ ਵਿਆਜ 'ਚ ਚਲਾ ਜਾਇਆ ਕਰੇਗਾ। ਪਰ ਗਵਰਨਰ ਸਾਹਿਬ, ਇਹ ਤਾਂ ਸਾਨੂੰ ਦੁੱਖ ਹੈ ਕਿ 50,000 ਕਰੋੜ ਰੁਪਏ ਦਾ ਕਰਜ਼ਾ ਭਗਵੰਤ ਮਾਨ ਨੇ ਲੈ ਕੇ ਇੱਧਰ ਉੱਧਰ ਹੈਲੀਕਾਪਟਰ ਤੇ ਜਹਾਜ਼ਾਂ 'ਚ ਉਡਾਤਾ, ਪਰ ਸਾਡਾ ਤੁਹਾਡੇ ਨਾਲ ਵੀ ਇਤਰਾਜ਼ ਹੈ। ਪੰਜਾਬ ਦੇ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਤੇ ਮੈਂ ਖੜੇ ਹੋ ਕੇ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਰੌਲਾ ਪਾਇਆ ਕਿ 36,000 ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਲੈ ਲਿਆ। ਜਿਹੜਾ ਗਵਰਨਰ ਐਡਰੈਸ ਗਵਰਨਰ ਪੜਨ ਆਇਆ ਉਹਦੇ ਵਿੱਚ ਉਹਨੇ ਕਿਹਾ ਕਿ ਅੱਗੇ ਇੰਨਾ ਕਰਜ਼ਾ ਲੈਣ ਦੀ ਤਜਵੀਜ਼ ਹੈ, ਇੰਨਾ ਕਰਜ਼ਾ ਲੈ ਲਿਆ। ਗਵਰਨਰ ਸਾਹਿਬ ਉਹਦੇ ਕਿਉਂ ਨਹੀਂ ਬੋਲੇ? ਹੁਣ ਜਦੋਂ ਤੁਹਾਡੇ ਗੁਲਾਮੇ ਨੂੰ ਹੱਥ ਪਾਇਆ ਤੇ ਫੇਰ ਚੀਕ ਮਾਰੀ ਹੈ ਵੀ ਹਾਂ ਇੰਨਾ ਕਰਜ਼ਾ ਲੈ ਲਿਆ। ਅਸੀਂ ਤਾਂ ਪਹਿਲਾਂ ਹੀ ਕਹਿੰਦਾ, ਅਸੀਂ ਤਾਂ ਪਿੱਟ ਪਿੱਟ ਪਿੱਟੇ ਮਰ ਗਏ ਪੰਜਾਬ ਦੀ ਵਿਧਾਨ ਸਭਾ। ਉਹ ਭਾਈ ਇਹ ਕਰਜ਼ਾ ਲੈ ਗਿਆ, ਜੇ ਕਰਜ਼ਾ ਇੰਨਾ ਲੈ ਲਿਆ ਤੇ ਕੱਲ ਪੰਜਾਬ ਦਾ ਇੱਕ ਬੱਚਾ ਕਰਜ਼ਾਈ ਹੋ ਜਾਏਗਾ। ਪਰ ਕਿਸੇ ਨੇ ਆਵਾਜ਼ ਨਹੀਂ ਸੁਣੀ, ਕਿਉਂ? ਕਿਉਂਕਿ ਦਿੱਲੀ 'ਚ ਮਾਨ ਸਾਹਿਬ ਤੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਦੀ ਆਪੇ ਲਿਹਾਜ਼ ਹੈ ਵੀ ਕਿੱਦਾਂ ਕੰਮ ਚਲਾਉਣਾ। ਠੀਕ ਹੈ, ਗਵਰਨਰ ਸਾਹਿਬ ਤੇ ਇਹਨਾਂ ਦੀ ਬਣਦੀ ਨਹੀਂ ਹੈ ਆਪਸ ਵਿੱਚ, ਉਹ ਇੱਕ ਦੂਜੇ ਨੂੰ ਫਿਰ ਸਾਰੀਆਂ ਕਹਾਣੀਆਂ ਦੱਸਦੇ ਹੈ, ਪਰ ਸਾਡਾ ਫਾਇਦਾ ਹੋਣਾ।